ਜਾਂਦੇ ਹਾਂ ਅਤੇ ਸੱਜੇ ਹੱਥ ਪਿੰਡ ਪੈਂਦਾ ਕੋਠੇ ਨਿਗਾਹਾ। ਪਿਛਲੇ ਸਾਲ ਦੀ ਘਟਨਾ ਹੈ ਅਤੇ ਉੱਥੋਂ ਇੱਕ ਨਾ ਨੌਜਵਾਨ ਵੀਰ ਰੋਜ਼ੀ ਰੋਟੀ ਲਈ ਜਿਵੇਂ ਸਾਡੇ ਭੈਣ ਭਰਾ ਵਿਦੇਸ਼ਾਂ ਵਿੱਚ ਕਮਾਉਣ ਜਾਂਦੇ ਆ, ਉਹ ਇਸੇ ਤਰ੍ਹਾਂ ਰੋਜ਼ੀ ਰੋਟੀ ਕਮਾਉਣ ਗਿਆ ਅਤੇ ਇੱਥੋਂ ਮਾਂ ਬਾਪ ਨੇ ਕਿਉਂ ਬਾਹਰ ਭੇਜਿਆ ਉਹਦਾ ਵੀ ਇੱਕ ਕਾਰਨ, ਕਿਉਂਕਿ ਬਹੁਤੇ ਮਾਂ ਬਾਪ ਕਮਾਉਣ ਲਈ ਘੱਟ ਅਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਸੇਫ ਰੱਖਣ ਲਈ ਵਿਦੇਸ਼ਾਂ 'ਚ ਅੱਜ ਜ਼ਿਆਦਾ ਭੇਜ ਰਹੇ। ਉਹ ਜਿਵੇਂ ਆਪਣੇ ਡਰੱਗ ਚੱਲਦੀ ਹੈ ਇੱਥੇ ਚਿੱਟਾ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ, ਉਹਦਾ ਸ਼ਿਕਾਰ ਹੋ ਗਿਆ ਨੌਜਵਾਨ। ਅਤੇ ਜੇ ਆਪਾਂ ਜ਼ਮੀਨ ਦੀ ਗੱਲ ਕਰੀਏ ਤਾਂ ਘਰ 'ਚ ਜ਼ਮੀਨ ਵੀ ਬਹੁਤ ਹੈ, ਜਾਇਦਾਦ ਵੀ ਬਹੁਤ ਸੀ, ਮਤਲਬ ਕਰੋੜਾਂ ਦੇ ਮਾਲਕ ਸੀ। ਜਿਵੇਂ ਆਪਾਂ ਕਹਿ ਦਈਏ ਕਿਸੇ ਦੀ ਰੋਡ 'ਤੇ ਜ਼ਮੀਨ ਆ ਜਾਂਦੀ ਹੈ, ਉਹ ਇੱਕ ਇੱਕ ਕਿੱਲਾ ਡੇਢ ਡੇਢ ਕਰੋੜ ਰੁਪਈਏ ਦਾ ਸੀ। ਆਪਣੇ ਸੈਲਰ ਸੀ, ਇੱਦਾਂ ਦਾ ਕਾਫੀ ਤਕੜਾ ਬਿਜ਼ਨਸ ਸੀ। ਪਰ ਇੱਕੋ ਇੱਕ ਪੁੱਤ ਹੋਵੇ ਮਾਂ ਦਾ ਅਤੇ ਉਹ ਨਸ਼ਾ ਕਰਦਾ ਹੋਵੇ, ਚੋਰੀਆਂ ਕਰਦਾ ਹੋਵੇ, ਤੁਸੀਂ ਖੁਦ ਸੋਚੋ, ਤੁਹਾਡੇ 'ਚ ਤਾਂ ਇੱਦਾਂ ਦੀ ਆਦਤ ਨਹੀਂ ਗੁਰੂ ਦੀ ਕਿਰਪਾ, ਪਰ ਆਲੇ ਦੁਆਲੇ ਜਦੋਂ ਨੌਜਵਾਨਾਂ ਦਾ ਇਹ ਹਾਲ ਹੁੰਦਾ ਤੁਸੀਂ ਕਿਵੇਂ ਮਹਿਸੂਸ ਕਰਦੇ ਆ? ਮਾਵਾਂ ਰੋਂਦੀਆਂ ਵਿਚਾਰੀਆਂ, ਭੈਣਾਂ ਰੋਂਦੀਆਂ ਆ। ਸੋ ਉਹ ਦੁਖੀ ਹੋਈ ਮਾਂ ਨੇ ਉਹਨੂੰ ਵਿਦੇਸ਼ ਭੇਜਤਾ ਅਤੇ ਸਾਡਾ ਨੱਥੋ ਕੇ ਪਿੰਡ ਪੈਂਦਾ ਦਸਤਾਰ ਦਾ ਨਾ ਕੈਂਪ ਲੱਗਿਆ ਕਈ ਦਿਨ, ਅਤੇ ਆਖਰੀ ਦਿਨ ਅਸੀਂ ਸਾਰੇ ਵੀਰ ਜਿਹੜੇ ਦੁਬਈ ਤੋਂ ਜਿੰਨੇ ਆਏ ਸੀ, ਤਾਸ ਨੂੰ ਵੀ ਜਾਣ ਦਾ ਮੌਕਾ ਉੱਥੇ ਬਣਿਆ ਅਤੇ ਉਹ ਸਿੰਘ ਸੱਜ ਗਿਆ, ਗੁਰਬਾਣੀ ਦੇ ਲੜ ਲੱਗ ਗਿਆ, ਨਸ਼ਿਆਂ ਤੋਂ ਰਹਿਤ ਹੋ ਗਿਆ, ਦੁਬਈ ਤੋਂ ਜਦੋਂ ਵਾਪਸ ਪਰਤੇ ਆ ਸਾਡੇ ਨਾਲ। ਕਹਿੰਦਾ ਵੀਰ ਜੀ ਮੈਂ ਨਾ ਤੁਹਾਨੂੰ ਘਰ ਲੈ ਕੇ ਜਾਣਾ। ਮੈਂ ਕਿਹਾ ਵੀਰੇ ਵੀ ਅਸੀਂ ਪ੍ਰਚਾਰ ਕਰਦੇ, ਅੱਗੇ ਵੀ ਬੜੀ ਜਗ੍ਹਾ ਜਾਣਾ ਪਰ ਸਮਾਂ ਨਹੀਂ ਆ। ਕਹਿੰਦਾ ਨਹੀਂ ਮੇਰੀ ਨਾ ਮਾਂ ਬਹੁਤ ਉਡੀਕਦੀ ਹੈ, ਤੁਸੀਂ ਇੱਕ ਵਾਰ ਸਾਡੇ ਘਰ ਭਾਵੇਂ ਫੁਲਕਾ ਨਹੀਂ ਅਤੇ ਚਾਹ ਦਾ ਪਿਆਲਾ ਪੀਓ ਪਰ ਜਾਓ ਜ਼ਰੂਰ। ਅਸੀਂ ਘਰ ਚਲੇ ਗਏ ਅਤੇ ਜਦੋਂ ਪ੍ਰਸ਼ਾਦਾ ਛੱਕ ਕੇ ਹਟੇ ਨਾ ਅਤੇ ਮਾਂ ਵਿਹੜੇ 'ਚ ਖੜ ਕੇ ਧਾਹਾਂ ਮਾਰ ਕੇ ਰੋਣ ਲੱਗ ਗਈ ਅਤੇ ਮੈਂ ਕੋਲੇ ਜਾ ਕੇ ਮਾਂ ਨੂੰ ਚੁੱਪ ਕਰਾਇਆ। ਮੈਂ ਕਿਹਾ ਵੀ ਮਾਂ ਵੀ ਕੀ ਗੱਲ ਆ, ਵੀ ਅਸੀਂ ਤੁਹਾਡੇ ਬੱਚਿਆਂ ਵਰਗੇ ਹਾਂ, ਤੁਸੀਂ ਦੁੱਖ ਸਾਂਝਾ ਕਰ ਸਕਦੇ ਸਾਡੇ ਨਾਲ? ਉਹ ਕਹਿੰਦੀ ਪੁੱਤ ਅੱਜ ਮੇਰੇ ਨਾ ਅੱਖਾਂ 'ਚੋਂ ਹੰਝੂ, ਅੱਜ ਖੁਸ਼ੀ ਨਾ ਆ ਰਹੇ, ਅੱਜ ਮੈਂ ਰੋਂਦੀ ਪਹਿਲਾਂ ਵੀ ਸੀ ਇਸ ਵਿਹੜੇ 'ਚ ਖੜ ਕੇ, ਪਰ ਅੱਜ ਰੋਣ ਵਿੱਚ ਅਤੇ ਪਹਿਲਾਂ ਰੋਣ 'ਚ ਬਹੁਤ ਫਰਕ ਹੈ। ਕਹਿੰਦੀ ਤੁਹਾਨੂੰ ਉਹ ਬੱਚਾ ਦਿੰਦਾ ਅਰਸ਼ਦੀਪ ਸਾਹਮਣੇ ਖੜਾ? ਮੈਂ ਕਿਹਾ ਹਾਂਜੀ, ਸਾਨੂੰ ਸਾਲ ਹੋ ਗਿਆ ਇਹਦੇ ਨਾਲ ਰਹਿੰਦੇ ਹਾਂ, ਵਿਚਰਦੇ ਹਾਂ, ਸਾਡੇ ਨਾਲ ਦੁਬਈ ਰਹਿੰਦਾ, ਦਸਤਾਰਾਂ ਸਿਖਾਉਂਦੇ ਆ ਵੀਰ, ਹੈ ਨਾ, ਨਾਲ ਸਾਡੇ ਤੁਰਦੇ ਆ। ਕਹਿੰਦੀ ਇਹ ਮੇਰਾ ਉਹ ਬੱਚਾ ਆ ਜਿਹੜਾ ਪਿੰਡਾਂ ਦੇ ਵਿੱਚੋਂ ਲੋਹਾ ਚੋਰੀ ਕਰਕੇ ਵੇਚ ਦੇਣਾ, ਟਰਾਂਸਫਾਰਮ ਲਾਹ ਲੈਣੇ ਲੋਕਾਂ ਦੇ, ਲੋਕਾਂ ਦੀਆਂ ਮੋਟਰਸਾਈਕਲ ਵੇਚ ਦੇਣੇ, ਵੀ ਇਹਦਾ ਉਹ ਦਿਨ ਕੋਈ ਨਹੀਂ ਜਦੋਂ ਜਿਹਦਾ ਲਾਂਭਾ ਨਾ ਆਇਆ, ਜਾਨੀ ਕਿ ਇਹ ਚੋਰ ਵੀ ਸੀ ਅਤੇ ਨੰਬਰ ਇੱਕ ਨਸ਼ੇੜੀ ਵੀ ਸੀਗਾ। ਅਤੇ ਕਹਿੰਦੀ ਮੈਂ ਐਂ ਲੱਗਦੀ ਸੀ ਵੀ ਰੱਬਾ ਮੇਰੇ ਘਰ ਪੁੱਤ ਨੇ ਨਹੀਂ ਜਨਮ ਲਿਆ, ਕਿਸੇ ਰਾਕਸ਼ ਨੇ ਜਨਮ ਲਿਆ। ਪੈਸਾ ਭਾਵੇਂ ਕਰੋੜਾਂ ਰੁਪਈਆ ਸੀ ਮੇਰੇ ਕੋਲ, ਵਧੀਆ ਬਿਜ਼ਨਸ ਆ, ਪਰ ਮੈਨੂੰ ਕਰੋੜਾਂ ਹੁੰਦਿਆਂ ਹੋਇਆਂ ਵੀ ਇਸ ਗੱਲ ਦਾ ਕਦੇ ਅਹਿਸਾਸ ਨਹੀਂ ਸੀ ਵੀ ਮੈਨੂੰ ਵਾਹਿਗੁਰੂ ਨੇ ਬਹੁਤ ਵੱਡੀ ਅਮੀਰੀ ਬਖਸ਼ੀ। ਪਰ ਆਂਦੀ ਅੱਜ ਮੈਨੂੰ ਲੱਗਦਾ ਵੀ ਜਿਹੜੀ ਦਲਦਲ ਦੇ ਵਿੱਚੋਂ ਮੇਰਾ ਪੁੱਤ ਨਿਕਲਿਆ ਨਾ, ਅਤੇ ਜੇ ਮੈਂ ਅੱਜ ਕੁੱਲੀ ਵਿੱਚ ਵੀ ਰੋਟੀ ਖਾ ਲਾਂ ਨਾ, ਤਾਂ ਮੈਨੂੰ ਐਂ ਲੱਗਦਾ ਵੀ ਮੈਂ ਦੁਨੀਆਂ 'ਤੇ ਸਭ ਤੋਂ ਚੰਗੇ ਭਾਗਾਂ ਵਾਲੀ ਮਾਂ ਹਾਂ। ਅੱਜ ਮੈਨੂੰ ਲੱਗਦਾ ਵੀ ਅਸਲ 'ਚ ਮੈਂ ਅੱਜ ਅਮੀਰ ਹਾਂ, ਮੇਰਾ ਬੱਚਾ ਨਸ਼ਿਆਂ ਤੋਂ ਰਹਿਤ ਹੋ ਗਿਆ, ਸੋਹਣੀ ਨੈਤਿਕਤਾ ਵਾਲੀ ਜ਼ਿੰਦਗੀ ਜਿਉਣ ਲੱਗ ਗਿਆ ਅਤੇ ਆਪਣੇ ਮਾਪਿਆਂ ਦੀ ਸੇਵਾ ਕਰਦਾ। ਪਹਿਲਾਂ ਆਂਦੀ ਨੌਜਵਾਨਾਂ ਨੂੰ ਇਕੱਠੀਆਂ ਕਰਦਾ ਸੀ ਸਿਗਰਟਾਂ ਪੀਣ ਨੂੰ, ਜਰਦਾ ਲਾਉਣ ਨੂੰ, ਹੁਣ ਇਕੱਠੀਆਂ ਕਰਦਾ ਵੀ ਆਓ ਗੁਰਦੁਆਰੇ ਚੱਲੀਏ, ਆਪਾਂ ਗੁਰਬਾਣੀ ਦਾ ਪਾਠ ਸਿੱਖੀਏ। ਇੰਨਾ ਮੇਰੇ ਬੱਚੇ ਦੀ ਜ਼ਿੰਦਗੀ ਬਦਲੀ ਹੈ। ਸੋ ਇਹੋ ਜਿਹੇ ਨੌਜਵਾਨ ਕਿਵੇਂ ਬਦਲਦੇ ਆ, ਜਾਂ ਇਹ ਤੁਹਾਡੇ ਅੰਦਰ ਲਾਗ ਕਿਵੇਂ ਲੱਗਣੀ ਆ ਜਦੋਂ ਤੁਹਾਨੂੰ ਅਸੀਂ ਇੱਕ ਬਦਲਾਅ